ਸਾਨੂੰ ਜਿਹੜੀ ਆਜ਼ਾਦੀ ਮਿਲੀ ਆ ਉਹ ਸਾਡੀਆਂ ਸਾਡਿਆਂ ਘਰਾਂ ਦੇ ਵਿਛੋੜੇ ਤੇ ਸਾਡੇ ਆਪਣਿਆਂ ਦੇ ਨਾਲ ਲੜਨ ਤੇ ਮਿਲੀ ਆ ਸਾਡੇ ਆਪਣੇ ਲੋਕਾਂ ਦੇ ਉਜਾੜੇ ਦੀ ਆਪਣੇ ਲੋਕਾਂ ਦੇ ਮੌਤਾਂ ਦੀ ਕੀਮਤ ਤੇ ਆਜ਼ਾਦੀ ਮਿਲੀ ਆ ਕਿਹਾ ਜਾਂਦਾ ਕਿ ਇੰਨੀ ਭਿਆਨਕ ਤਰਾਸਦੀ ਸੀ ਕਿ 10 ਲੱਖ ਤੋਂ ਵੱਧ ਲੋਕ ਮਰੇ ਤੇ 1.5 ਕਰੋੜ ਤੋਂ ਵੱਧ ਲੋਕ ਦਾ ਪਲਾਇਨ ਹੋਇਆ ਤੇ ਹੁਣ ਵੀ ਜੇ ਅਸੀਂ ਪੰਜਾਬ ਤੇ ਬੰਗਾਲ ਦੇ ਵਿਜਿੰਗਾਂ ਦੀ ਗੱਲ ਕਰੀਏ ਤੇ ਉਹ 15 ਅਗਸਤ ਨੂੰ ਵੰਡ ਦੇ ਵੱਜੋਂ ਮਨਾਉਂਦੇ ਨੇ ਉੱਥੇ ਜਾ ਕੇ ਦੇਖੋ ਜਾਂ ਬੰਗਾਲ ਦੀ ਵੀ ਗੱਲ ਕਰੀਏ ਜਾਂ ਕਸ਼ਮੀਰ ਦੀ ਵੀ ਗੱਲ ਕਰੀਏ ਕਈ ਥਾਵਾਂ ਤੇ ਜਿਹੜੇ ਵੰਡ ਦੀ ਜਿਹੜੀ ਤਰਾਸਦੀ ਹੋਈ ਹੈ ਨਾ ਉਹਦੇ ਜ਼ਖਮ ਹੈ ਉਹ ਭਰੇ ਨਹੀਂ ਹਜੇ ਉਸ ਵੇਲੇ ਸਾਡੇ ਕੋਲ ਇੰਨੇ ਐਡਵਾਂਸ ਹਥਿਆਰ ਨਹੀਂ ਹੁੰਦੇ ਸੀਗੇ ਨਾ ਇੰਨੀਆਂ ਸਹੂਲਤਾਂ ਨਹੀਂ ਸੀ ਪਰ ਅਸੀਂ ਗੰਡਾਸਿਆਂ ਪਹਾੜਿਆਂ ਦੇ ਨਾਲ ਆਪਦੇ 10 ਲੱਖ ਲੋਕ ਮਾਰ ਲਏ ਅੱਜ ਉਹੀ ਲੋਕ ਹੈ ਅੱਜ ਉਹਨਾਂ ਲੋਕਾਂ ਦੀ ਹੀ ਤੀਜੀ ਚੌਥੀ ਪੀੜ੍ਹੀ ਹੈ ਜਿਹੜੀ ਉਹ ਚਾਹੁੰਦੀ ਹੈ ਕਿ ਜੀ ਇਹ ਸਰਹੱਦ ਮਿਟ ਜੇ ਗੱਲ ਇੱਥੇ ਸਿਰਫ ਧਰਮ ਦੀ ਨਹੀਂ ਹੈ ਗੱਲ ਇੱਥੇ ਕਲਚਰ ਦੀ ਸੀ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਤਾ ਪਰ ਕਲਚਰ ਐ ਕਲਚਰ ਨੂੰ ਕਿਵੇਂ ਵੰਡੋਗੇ 76 ਸਾਲ ਬੀਤ ਗਏ ਪਰ ਜਿਹੜਾ ਉਹੋ ਜੀ ਵੰਡ ਹੈ ਜਿਹੜੀ ਉਹ ਤਾਂ ਇੱਕ ਸਰਹੱਦ ਦੀ ਵੰਡ ਤਾਂ ਇੱਕ ਪਾਸੇ ਰਹੀ ਜਿਹੜੀ ਦਿਲਾਂ ਦੇ ਵਿੱਚ ਦਰਾਰ ਪਈ ਹੋਈ ਹੈ ਜਿਹੜੀ ਦਿਲਾਂ ਦੀ ਵੰਡ ਪਈ ਹੋਈ ਹੈ ਜਿਹੜੇ ਮਜ਼ਹਬ ਦੇ ਨਾਮ ਤੇ ਧਰਮ ਦੇ ਨਾਮ ਤੇ ਉਹ ਅੱਜ ਵੀ ਜਾਰੀ ਹੈ ਰਾਜਨੇਤਾਵਾਂ ਨੇ ਆਪਣੇ ਗੁਰਗੇ ਛੱਡੇ ਉਹਨਾਂ ਨੇ ਤਬਾਹੀ ਮਚਾਈ ਉਹ ਅੱਜ ਵੀ ਮਚਾਈ ਜਾਂਦੀ ਹੈ 15 ਅਗਸਤ ਨੂੰ ਹਰ ਸਾਲ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਹ ਹਰ ਦੇਸ਼ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਪਰ ਭਾਰਤ ਲਈ ਆਜ਼ਾਦੀ ਦੀ ਮਿਠਾਸ ਦੇ ਨਾਲ 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 ਭਾਰਤ ਨੂੰ ਵੰਡ ਦਾ ਸੰਤਾਪ ਵੀ ਚੱਲਣਾ ਪਿਆ ਤੇ 76 ਸਾਲਾਂ ਬਾਅਦ ਵੀ ਇਹ ਦਰਦ ਜਿਉਂਦਾ ᱛਿਉ ਹੈ ਅੱਜ ਕੱਲ ਕਰਾਂਗੇ ਇਸ ਇਸ سلسلے ਦੇ ਵਿੱਚ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਅੱਜ ਵੀ ਮੇਰੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਮੈਂ ਵਧੀਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਤੁਹਾਨੂੰ ਵੀ ਵਧਾਈਆਂ ਜੀ ਆਜ਼ਾਦੀ ਦੀਆਂ ਵਧਾਈਆਂ ਤੇ ਜਿਹੜਾ ਸੰਤਾਪ ਤੁਸੀਂ ਗੱਲ ਕੀਤੀ ਆ ਸਾਨੂੰ ਇਹ ਕਈਆਂ ਪੀੜ੍ਹੀਆਂ ਨੂੰ ਇਹ ਪਤਾ ਲੱਗਦਾ ਬਾਅਦ ਚ ਕਿ ਅਸੀਂ ਆਜ਼ਾਦੀ ਦੀ ਖੁਸ਼ੀ ਮਨਾਈਏ ਜਾਂ ਉਜਾੜੇ ਦਾ ਦੁੱਖ ਕਿਉਂਕਿ ਉਸ ਵੇਲੇ ਜਲਦੀ ਆਜ਼ਾਦੀ ਨਹੀਂ ਮਿਲੀ ਸੀ ਸਾਨੂੰ ਜਿਹੜੀ ਆਜ਼ਾਦੀ ਮਿਲੀ ਆ ਉਹ ਸਾਡੀਆਂ ਸਾਡਿਆਂ ਘਰਾਂ ਦੇ ਵਿਛੋੜੇ ਤੇ ਸਾਡੇ ਆਪਣਿਆਂ ਦੇ ਨਾਲ ਲੜਨ ਤੇ ਮਿਲੀ ਆ ਸਾਡੇ ਆਪਣੇ ਲੋਕਾਂ ਦੇ ਉਜਾੜੇ ਦੀ ਆਪਣੇ ਲੋਕਾਂ ਦੇ ਮੌਤਾਂ ਦੀ ਕੀਮਤ ਤੇ ਆਜ਼ਾਦੀ ਮਿਲੀ ਆ ਤੇ ਮੈਨੂੰ ਲੱਗਦਾ ਵੀ ਖੁਸ਼ੀ ਤਾਂ ਚਲੋ ਇੱਕ ਪਾਸੇ ਜ਼ਾਹਿਰ ਕੀਤੀ ਜਾਂਦੀ ਹੈ ਕਿ ਇੱਕ ਨਵਾਂ ਦੇਸ਼ ਬਣਿਆ ਨਵਾਂ ਨੇਸ਼ਨ ਬਣਿਆ ਤੇ ਉਹਦੀ ਖੁਸ਼ੀ ਵਣਾਈ ਜਾਂਦੀ ਹੈ ਸਾਰੇ ਪਾਸੇ ਬਣਾਉਂਦੇ ਆ ਪਰ ਉਹਦੇ ਨਾਲ ਨਾਲ ਹੀ ਜਿਹੜਾ ਪੁਰਾਣਾ ਟੁੱਟਿਆ ਉਹਦਾ ਦੁੱਖ ਵੀ ਹੁੰਦਾ ਅਮਨ ਜੀ ਕਿਹਾ ਜਾਂਦਾ ਹੈ ਕਿ ਇੰਨੀ ਭਿਆਨਕ ਤਰਾਸਦੀ ਸੀ ਕਿ 10 ਲੱਖ ਤੋਂ ਵੱਧ ਲੋਕ ਮਰੇ ਤੇ 1.5 ਕਰੋੜ ਤੋਂ ਵੱਧ ਲੋਕ ਦਾ ਪਲਾਇਨ ਹੋਇਆ ਤੇ ਹੁਣ ਵੀ ਜੇ ਅਸੀਂ ਪੰਜਾਬ ਤੇ ਬੰਗਾਲ ਦੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਉਹ 15 ਅਗਸਤ ਨੂੰ ਵੰਡ ਦੇ ਵੱਜੋਂ ਮਨਾਉਂਦੇ ਨੇ ਬਿਲਕੁਲ ਗੱਲ ਇਹੀ ਹੈ ਪੰਜਾਬ ਦੇ ਬਾਰਡਰਾਂ ਦੇ ਜਿਹੜੇ ਪਿੰਡ ਆ ਉੱਥੇ ਜਾ ਕੇ ਦੇਖੋ ਜਾਂ ਬੰਗਾਲ ਦੀ ਵੀ ਗੱਲ ਕਰੀਏ ਜਾਂ ਕਸ਼ਮੀਰ ਦੀ ਵੀ ਗੱਲ ਕਰੀਏ ਕਈ ਥਾਵਾਂ ਤੇ ਜਿਹੜੇ ਵੰਡ ਦੀ ਜਿਹੜੀ ਤਰਾਸਦੀ ਹੋਈ ਹੈ ਨਾ ਉਹਦੇ ਜ਼ਖਮ ਹੈ ਉਹ ਭਰੇ ਨਹੀਂ ਹਜੇ ਵੀ ਤੇ ਉਹ ਉਹ ਲੋਕ ਇਸ ਆਜ਼ਾਦੀ ਦਾ ਜਸ਼ਨ ਨਹੀਂ ਮਨਾ ਸਕਦੇ ਉਹ ਇਹਦਾ ਦੁੱਖ ਮਨਾਉਂਦੇ ਆ ਤੁਸੀਂ ਇਹ ਦੇਖੋ ਤੁਸੀਂ ਗੱਲ ਕੀਤੀ ਹੈ ਵੀ 10 ਲੱਖ ਲੋਕ ਮਰੇ ਉਸ ਵੇਲੇ ਸਾਡੇ ਕੋਲ ਐਨੇ ਐਡਵਾਂਸ ਹਥਿਆਰ ਨਹੀਂ ਹੁੰਦੇ ਸੀਗੇ ਨਾ ਇੰਨੀਆਂ ਸਹੂਲਤਾਂ ਨਹੀਂ ਸੀ ਪਰ ਅਸੀਂ ਗੰਡਾਸਿਆਂ ਪਹਾੜਿਆਂ ਦੇ ਨਾਲ ਆਪਦੇ 10 ਲੱਖ ਲੋਕ ਮਾਰ ਲਏ ਚਾਹੇ ਉਹ ਪਰਲੇ ਪੰਜਾਬ ਦੀ ਗੱਲ ਹੈ ਚਾਹੇ ਇਧਰਲੇ ਪੰਜਾਬ ਦੀ ਗੱਲ ਹੈ ਸੀ ਤਾਂ ਆਪਣੇ ਲੋਕ ਤੇ ਅੱਜ ਉਹੀ ਲੋਕ ਹੈ ਅੱਜ ਉਹਨਾਂ ਲੋਕਾਂ ਦੀ ਹੀ ਤੀਜੀ ਚੌਥੀ ਪੀੜ੍ਹੀ ਹੈ ਜਿਹੜੀ ਉਹ ਚਾਹੁੰਦੀ ਹੈ ਕਿ ਜੀ ਇਹ ਸਰਹੱਦ ਮਿਟ ਜੇ ਇਹ ਸਰਹੱਦ ਤੇ ਲੱਗੀਆਂ ਕੰਡਿਆਲੀਆਂ ਤਾਰਾਂ ਜਿਹੜੀਆਂ ਉਹ ਮਿਟ ਜਾਣ ਤੇ ਅਸੀਂ ਇੱਕ ਹੋ ਜਾਈਏ ਇੱਥੇ ਚੰਡੀਗੜ੍ਹ 'ਚ ਬੈਠੇ ਲੋਕ ਕਹਿੰਦੇ ਆ ਕਹਿੰਦੇ ਜੀ ਅਸੀਂ ਲਾਹੌਰ ਦੇਖਣਾ ਲਾਹੌਰ ਵਾਲੇ ਕਹਿੰਦੇ ਆ ਜੀ ਅਸੀਂ ਅੰਮ੍ਰਿਤਸਰ ਦੇਖਣਾ ਹੈ ਜਾਂ ਅਸੀਂ ਮੁਕਤਸਰ ਮੋਗਾ ਇਹ ਇਹ ਥਾਵਾਂ ਤੋਂ ਅਸੀਂ ਆਸਾਨੀ ਨਾਲ ਆਉਣਾ ਜਾਣਾ ਹੈ ਨਨਕਾਣਾ ਸਾਹਿਬ ਦੀ ਗੱਲ ਕਰਦੇ ਆ ਲੋਕ ਤਾਂ ਕਹਿੰਦੇ ਆ ਕਿ ਨਨਕਾਣਾ ਸਾਹਿਬ ਸਾਡਾ ਹੈ ਤੇ ਗੱਲ ਇੱਥੇ ਸਿਰਫ ਧਰਮ ਦੀ ਨਹੀਂ ਹੈ ਗੱਲ ਇੱਥੇ ਕਲਚਰ ਦੀ ਸੀ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਤਾ ਪਰ ਕਲਚਰ ਐਕਸ ਕਲਚਰ ਨੂੰ ਕਿਵੇਂ ਵੰਡੋਗੇ ਤੇ ਉਸ ਸਮੇਂ ਜਦੋਂ ਗੱਲ ਕਰਦੇ ਆ ਅਸੀਂ ਸਾਡੇ ਤੋਂ ਪਹਿਲਾਂ ਦੀਆਂ ਜਿਹੜੀਆਂ 2-3 ਪਿਛਾਣ ਦੀਆਂ ਪੀੜ੍ਹੀਆਂ ਦੇਖੀਏ ਤਾਂ ਉਹੀ ਲੋਕ ਸੀ ਜਿਨ੍ਹਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਵੱਢਿਆ ਉਹੀ ਲੋਕ ਸੀ ਜਿਨ੍ਹਾਂ ਨੇ ਟ੍ਰੇਨਾਂ ਜਾ ਰਹੀਆਂ ਜਾਂਦੀਆਂ ਟ੍ਰੇਨਾਂ ਰੋਕ ਕੇ ਲੋਕਾਂ ਨੂੰ ਲਾਸ਼ਾਂ ਵਿੱਚ ਤਬਦੀਲ ਕਰਕੇ ਤੇ ਫਿਰ ਟ੍ਰੇਨਾਂ ਵਾਪਸ ਭੇਜੀਆਂ ਉਹੀ ਸੀ ਉਸ ਸਮੇਂ ਵੀ ਅਕਲ ਤੇ ਪਰਦਾ ਸੀਗਾ ਤੇ ਮੈਨੂੰ ਲੱਗਦਾ ਵੀ 76 ਸਾਲ ਬੀਤ ਗਏ ਪਰ ਜਿਹੜਾ ਉਹੋ ਜਿਹੀ ਵੰਡ ਹੈ ਜਿਹੜੀ ਉਹ ਤਾਂ ਇੱਕ ਸਰਹੱਦ ਦੀ ਵੰਡ ਤਾਂ ਇੱਕ ਪਾਸੇ ਰਹੀ ਜਿਹੜੀ ਦਿਲਾਂ ਦੇ ਵਿੱਚ ਦਰਾਰ ਪਈ ਹੋਈ ਹੈ ਜਿਹੜੀ ਦਿਲਾਂ ਦੀ ਵੰਡ ਪਈ ਹੋਈ ਹੈ ਜਿਹੜੇ ਅ ਮਸਲਬ ਦੇ ਨਾਂ ਤੇ ਧਰਮ ਦੇ ਨਾਂ ਤੇ ਉਹ ਅੱਜ ਵੀ ਜਾਰੀ ਹੈ ਅੱਜ ਕਿੱਥੇ ਅਸੀਂ ਕਹਿ ਦਈਏ ਕਿ ਅ ਵੇ ਧਰਮ ਦੇ ਨਾਮ ਤੇ ਲੋਕ ਵੱਡੇ ਟੁਕੇ ਨਹੀਂ ਜਾ ਰਹੇ ਅੱਜ ਵੀ ਹੋਈ ਕੁਝ ਹੋ ਰਿਹਾ ਉਦੋਂ 10 ਲੱਖ ਲੋਕ ਮਰੇ ਸੀਗੇ ਇੱਕ ਸਮਾ ਸੀਗਾ ਉਹ ਇੱਕੋ ਸਮੇਂ ਦੇ ਵਿੱਚ ਇਹ ਸਭ ਕੁਝ ਹੋ ਗਿਆ ਸੀ ਤੇ ਅੱਜ ਮੈਨੂੰ ਲੱਗਦਾ ਹੈ ਅੱਜ ਤੱਕ ਵੀ ਅਸੀਂ ਰੋਕ ਨਹੀਂ ਪਾਇਆ 76 ਸਾਲਾਂ ਦੇ ਵਿੱਚ ਉਹੀ ਸਭ ਕੁਝ ਹੁਣ ਵੀ ਹੋ ਰਿਹਾ ਅਮਨ ਜੀ ਲਾਹੌਰ ਤੇ ਅੰਮ੍ਰਿਤਸਰ ਤੇ ਧਰਮ ਦੀ ਗੱਲ ਤੁਸੀਂ ਕੀਤੀ ਤਾਂ ਮੈਂ ਵੀ ਪੜਿਆ ਸੀਗਾ ਕਿ ਉਸ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਾਫੀ ਮੁਸਲਮਾਨਾਂ ਨੇ ਸਿੱਖ ਧਰਮ ਅਪਣਾ ਲਿਆ ਸੀਗਾ ਤੇ ਪਾਕਿਸਤਾਨ ਵੱਲ ਜਿਹੜੇ ਸਿੱਖ ਧਰਮ ਦੇ ਲੋਕ ਸੀ ਉਹ ਵਕਤ ਦੀ ਮਜਾਗਤ ਨੂੰ ਦੇਖਦੇ ਹੋਏ ਉਹਨਾਂ ਨੇ ਮੁ슬ਮ ਧਰਮ ਨੂੰ ਅਪਣਾ ਲਿਆ ਸੀਗਾ ਦੇਖੋ ਧਰਮਾਂ ਦੇ ਨਾਮ ਤੇ ਜਿਹੜੀ ਵੰਡ ਹੁੰਦੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਉਂਦੀ ਆ ਐਗਜ਼ਿਸਟੈਂਸ ਦੀ ਜੇ ਅਸੀਂ ਜਿਉਂਦੇ ਰਵਾਂਗੇ ਤਾਹੀ ਸਾਡੀਆਂ ਵੈਲਿਊਜ਼ ਜਿਉਂਦੀਆਂ ਰਹਿਣਗੀਆਂ ਤੇ ਉੱਥੇ ਗੱਲ ਆਉਂਦੀ ਹੈ ਜਦੋਂ ਇੰਨਾ ਸਭ ਕੁਝ ਹੁੰਦਾ ਹਰ ਬੰਦਾ ਇੰਨਾ ਸਟਰੋਂਗ ਨਹੀਂ ਹੁੰਦਾ ਹਰ ਬੰਦਾ ਇੰਨਾ ਐ ਇੰਨਾ ਮਜ਼ਬੂਤ ਨਹੀਂ ਹੁੰਦਾ ਕਿ ਉਹ ਉੱਥੇ ਮਰ ਜੇ ਤੇ ਮਰਨ ਤੋਂ ਮਰਨਾ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਸਾਰੇ ਪਾਸੇ ਪਾਗਲਪਨ ਹੋ ਰਿਹਾ ਹੈ ਪੂਰੇ ਲੋਕ ਇੱਕ ਦੂਜੇ ਨੂੰ ਕੱਟ ਵੱਢ ਰਹੇ ਆ ਉਸ ਸਮੇਂ ਲੋਕਾਂ ਨੇ ਆਪਦੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਆਪਣਾ ਰੰਗ ਰੂਪ ਬਦਲਿਆ ਉਦੋਂ ਲੋਕਾਂ ਨੇ ਕਈਆਂ ਨੇ ਪੱਗਾਂ ਵੱਲ ਲਈਆਂ ਜਿਹੜੇ ਇੱਧਰ ਰਹਿ ਗਏ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਰਹਿ ਗਏ ਉਹਨਾਂ ਨੂੰ ਸਿੱਖ ਪਰਿਵਾਰਾਂ ਨੇ ਬਚਾਇਆ ਜਿਹੜੇ ਉਹ ਮੁਸਲਮਾਨ ਸੀ ਤੇ ਜਿਹੜੇ ਉਧਰ ਮੁਸਲਮਾਨ ਮੁਸਲਮਾਨ ਪਰਿਵਾਰਾਂ ਦੇ ਕੋਲ ਸਿੱਖ ਰਹਿ ਗਏ ਸੀ ਉਹਨਾਂ ਨੂੰ ਮੁਸਲਮਾਨਾਂ ਨੇ ਬਚਾਇਆ ਉਸ ਸਮੇਂ ਤੇ ਇਹ ਵੀ ਨਹੀਂ ਹੈ ਕਿ ਸਭ ਕੁਝ ਉਹੀ ਹੋਇਆ ਉਸ ਸਮੇਂ ਵੀ ਰਾਜਨੀਤੀ ਹੀ ਸੀ ਉਸ ਸਮੇਂ ਵੀ ਜਿਹੜੀ ਗੱਲ ਸੀਗੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਰਾਜਨੇਤਾਵਾਂ ਨੇ ਆਪਣੇ ਗੁਰਗੇ ਛੱਡੇ ਉਹਨਾਂ ਨੇ ਤਬਾਹੀ ਮਚਾਈ ਉਹ ਅੱਜ ਵੀ ਮਚਾਈ ਜਾਂਦੀ ਆ ਤੇ ਉਹਨਾਂ ਲੋਕਾਂ ਨੇ ਹੀ ਲੋਕਾਂ ਨੂੰ ਮਾਰਿਆ ਜਿਹੜੇ ਆਮ ਲੋਕ ਸੀ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਤਾਂ ਹੋਇਆ ਨੁਕਸਾਨ ਜਿਨ੍ਹਾਂ ਦੇ ਪਰਿਵਾਰ ਚੋਂ ਕਿਸੇ ਨੂੰ ਮਾਰਿਆ ਗਿਆ ਪਰਿਵਾਰ ਚੋਂ ਕਿਸੇ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੇ ਹਥਿਆਰ ਚੱਕ ਲਏ ਉਹਨਾਂ ਨੇ ਰੋਸ ਵਜੋਂ ਹਥਿਆਰ ਚੱਕੇ ਸੀ ਜਿਹੜੇ ਲੋਕ ਚੰਗੇ ਸੀ ਸਿਆਣੇ ਸੀ ਤੇ ਦੀਨ ਇਮਾਨ ਵਾਲੇ ਸੀ ਉਹਨਾਂ ਨੇ ਹਮੇਸ਼ਾ ਇਹੀ ਕੀਤਾ ਕਿ ਉਹਨਾਂ ਨੇ ਇੱਕ ਦੂਜੇ ਦੀ ਸਹਾਇਤਾ ਕੀਤੀ ਪਾਕਿਸਤਾਨ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਅੱਜ ਵੀ ਉਹ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਉਸ ਸਮੇਂ ਤੇ ਕਿਸੇ ਨਾ ਕਿਸੇ ਬਜ਼ੁਰਗ ਨੇ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਨੇ ਬਚਾਇਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਸਾਡੇ ਆਪਣੇ ਆ ਤੇ ਉਹਨਾਂ ਦੀ ਉਸ ਚੰਗਿਆਈ ਕਰਕੇ ਕਈਆਂ ਨੇ ਦੀਨ ਕਬੂਲ ਲਿਆ ਤੇ ਕਈ ਇੱਧਰ ਰਹਿ ਗਏ ਸੀ ਜਿਹੜੇ ਉਹਨਾਂ ਨੂੰ ਸਿੱਖਾਂ ਨੇ ਬਚਾਇਆ ਸਿੱਖਾਂ ਨੇ ਉਹਨਾਂ ਨੂੰ ਛੱਤ ਦਿੱਤੀ ਕਿ ਨਹੀਂ ਇਹਨਾਂ ਨੂੰ ਅਸੀਂ ਇਹ ਸਾਡੇ ਆਪਣੇ ਆ ਅਸੀਂ ساری ਉਮਰ ਇੱਥੇ ਇਕੱਠੇ ਜੰਮੇ ਪਲੇ ਆ ਇਕੱਠੇ ਸਭ ਕੁਝ ਖਾਦਾ ਪੀਤਾ ਤੇ ਅੱਜ ਅਸੀਂ ਇਹਨਾਂ ਨੂੰ ਮਰਨ ਲਈ ਨਹੀਂ ਛੱਡ ਸਕਦੇ ਜਦੋਂ ਉਹਨਾਂ ਨੂੰ ਬਚਾਇਆ ਗਿਆ ਤਾਂ ਉਸ ਸਮੇਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਧਰਮ ਦੀ ਖੂਬਸੂਰਤੀ ਨੂੰ ਦੇਖ ਕੇ ਇੱਧਰ ਹੋ ਗਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਗੱਲ ਅਸਲ ਵਿੱਚ ਧਰਮ ਦੀ ਨਹੀਂ ਹੈ ਗੱਲ ਇਨਸਾਨੀਅਤ ਦੀ ਹੈ ਮਾਨਵਤਾ ਦੇ ਨਾਲ-ਨਾਲ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਆ ਮਨਜੀ। ਇਹ ਉਸ ਸਮੇਂ ਦੀ ਮਨੁੱਖਤਾ ਦੀ ਸਭ ਤੋਂ ਵੱਡੀ ਇਤਿਹਾਸ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨੀ ਜਾਂਦੀ ਹੈ ਤੇ ਇਹ ਰਾਜਨੀਤਿਕ ਕਮਜ਼ੋਰੀ ਦਾ ਕਿੰਨਾ ਵੱਡਾ ਹਿੱਸਾ ਸੀਗਾ ਇਸ ਤ੍ਰਾਸਦੀ ਦੇ ਵਿੱਚ? ਦੇਖੋ ਗੱਲ ਇਹ ਹੁੰਦੀ ਹੈ ਲਾਲਚ ਹੁੰਦਾ ਨਾ ਜਿਹੜਾ ਇੱਕ ਸੱਤਾ ਦਾ ਲਾਲਚ ਹੁੰਦਾ ਪਾਵਰ ਦਾ। ਉਹ ਹਮੇਸ਼ਾ ਤੋਂ ਹਾਵੀ ਰਿਹਾ। ਉਹ ਸਿਰਫ ਇੱਥੇ ਨਹੀਂ ਅਸੀਂ ਗੱਲ ਕਰਦੇ ਆ ਜੇ ਭਾਰਤ ਦੇ ਜਿਹੜੇ ਇਤਿਹਾਸ ਦੀ ਅਸੀਂ ਗੱਲ ਕਰਦੇ ਆ ਤਾਂ 76 ਸਾਲ ਪੁਰਾਣੀ ਗੱਲ ਹੈ। ਇੱਥੇ ਹਜ਼ਾਰਾਂ ਸਾਲ ਪਹਿਲਾਂ ਵੀ ਇਹੀ ਕੁਝ ਹੁੰਦਾ ਰਿਹਾ ਜਿਹੜਾ ਪਾਵਰ ਦਾ ਲਾਲਚੀ ਹੁੰਦਾ ਨਾ ਉਹਨੂੰ ਉਸ ਪਾਵਰ ਤੋਂ ਅੱਗੇ ਪਿੱਛੇ ਕੁਝ ਨਹੀਂ ਦਿਖਦਾ ਤੇ ਉਹ ਧਰਮ ਦੇ ਨਾਮ ਤੇ ਜਾਂ ਜਾਤ ਦੇ ਨਾਮ ਤੇ ਜਾਂ ਕਲਾਸ ਦੇ ਨਾਮ ਤੇ ਉਹਨਾਂ ਨੂੰ ਵੰਡਦੇ ਵੀ ਆਏ ਆ ਜਾਂ ਲਾਉਂਦੇ ਵੀ ਆਏ ਆ ਜਾਂ ਮਰਵਾਉਂਦੇ ਵੀ ਆਏ ਆ ਤੇ ਇਹੀ ਕੁਝ ਇੰਗਲੈਂਡ ਦੇ ਵਿੱਚ ਵੀ ਹੋਇਆ ਇਹੀ ਕੁਝ ਉਸ ਤੋਂ ਪਹਿਲਾਂ ਰੋਮ ਦੇ ਵਿੱਚ ਵੀ ਹੋਇਆ ਤੇ ਉਹ ਕਾਰਕ ਹੋਰ ਕੁਝ ਹੋ ਸਕਦੇ ਆ ਕਾਰਨ ਜਿਹੜੇ ਹੈਗੇ ਆ ਨਾ ਇੱਥੇ ਜਿਵੇਂ ਤਾਂ ਜੇ ਮੁਸਲਮ ਹਿੰਦੂ ਨੂੰ ਜਾਂ ਸਿੱਖ ਹਿੰਦੂ ਨੂੰ ਲੜਾਇਆ ਜਾਂਦਾ ਹੈ ਇਹ ਧਰਮ ਦੇ ਨਾਮ ਤੇ ਲੜਾਇਆ ਗਿਆ ਕਈ ਜਗ੍ਹਾ ਤੇ ਕਲਾਸ ਦੇ ਨਾਮ ਤੇ ਲੜਾਇਆ ਜਾਂਦਾ ਹੈ ਕਈ ਜਗ੍ਹਾ ਤੇ ਉਹਨਾਂ ਨੂੰ ਉਹਨਾਂ ਦੇ ਕਿੱਤੇ ਦੇ ਹਿਸਾਬ ਤੇ ਲੜਾਇਆ ਜਾਂਦਾ ਹੈ ਤੇ ਉਹ ਸਿਰਫ ਧਰਮ ਦੀ ਗੱਲ ਨਹੀਂ ਰਹਿੰਦੀ ਤੇ ਜਾਤ ਦੇ ਨਾਮ ਤੇ ਵੀ ਲੜਾਇਆ ਜਾਂਦਾ ਹੈ ਉਹ ਰਾਜਨੀਤੀ ਇਸ ਲਈ ਹੁੰਦੀ ਹੈ ਕਿਉਂਕਿ ਰਾਜਨੀਤੀ ਦਾ ਵੱਡਾ-ਵੱਡਾ ਇੱਕ ਮਕਸਦ ਹੁੰਦਾ ਹੈ ਕਿ ਲੋਕਾਂ ਨੂੰ ਆਪਦੇ ਪਿੱਛੇ ਲਾਉਣਾ ਤੇ ਲੋਕਾਂ ਤੇ ਰੂਲ ਕਰਨਾ ਕਿ ਉਹਨਾਂ ਲੋਕਾਂ ਨੂੰ ਪਿੱਛੇ ਲਾ ਕੇ ਉਹਨਾਂ ਤੇ ਹੀ ਰਾਜ ਕਰਨਾ ਤਾਂ ਉਹਦੇ ਲਈ ਉਹਨਾਂ ਨੂੰ ਇਹੋ ਜਿਹੇ ਲੋਕ ਚਾਹੀਦੇ ਆ ਜਿਹੜੇ ਕਿ ਲੋਕਾਂ 'ਚ ਡਰ ਪੈਦਾ ਕਰਨ ਫਿਰ ਉਹਨਾਂ ਦਾ ਡਰ ਖਤਮ ਕਰਨ ਦੇ ਲਈ ਰਾਜਨੀਤੀ ਖੜੀ ਹੁੰਦੀ ਆ ਰਾਜਨੀਤਿਕ ਲੋਕ ਖੜੇ ਹੁੰਦੇ ਆ ਹਾਲਾਂਕਿ ਰਾਜਨੀਤੀ ਦਾ ਮੰਤਵ ਇਹ ਨਹੀਂ ਸੀ ਪਰ ਲੋਕਾਂ ਨੇ ਬਣਾਇਆ ਹੋਇਆ ਅੱਜ ਤੋਂ 76 ਸਾਲ ਪਹਿਲਾਂ ਵੀ ਇਹੀ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਇਹੀ ਦਿਖਦਾ ਹੈ ਜੋ 76 ਸਾਲ ਪਹਿਲਾਂ ਹੋਇਆ ਅੱਜ ਦੀ ਪੀੜ੍ਹੀ ਉਹਦੇ ਲਈ ਜ਼ਿੰਮੇਵਾਰ ਨਹੀਂ ਸੀਗੀ ਪਰ ਅੱਜ ਵੀ ਇਹ ਦੇਖਿਆ ਜਾਂਦਾ ਹੈ ਕਿ ਕਈ ਖੇਤਰਾਂ ਦੇ ਵਿੱਚ ਕਈ ਥਾਵਾਂ ਤੇ ਪੱਖਵਾਦ ਜਾਂ ਕੱਟੜਵਾਦ ਹੈਗਾ ਬਿਲਕੁਲ ਦੇਖੋ ਇਹ ਗੱਲ ਬੜੀ ਤੁਸੀਂ ਸਾਫ਼ ਕਹੀ ਕਿ ਜੋ 76 ਸਾਲ ਪਹਿਲਾਂ ਹੋਇਆ ਉਹਦੇ ਲਈ ਅੱਜ ਦੀ ਪੀੜ੍ਹੀ ਜ਼ਿੰਮੇਵਾਰ ਨਹੀਂ ਹੈ ਪਰ ਉਹ ਜਿਹੜੀਆਂ ਉਹ ਨਫ਼ਰਤ ਦੀਆਂ ਜੜਾਂ ਜਿਹੜੀਆਂ ਬੋਈਆਂ ਗਈਆਂ ਉਹ ਬਹੁਤ ਡੂੰਘੀਆਂ ਬੋਈਆਂ ਗਈਆਂ ਉਹ ਨਫ਼ਰਤ ਅੱਜ ਵੀ ਜਾਂ ਲੋਕਾਂ ਦੇ ਦਿਲਾਂ ਦੇ ਵਿੱਚ ਪੈਦਾ ਹੁੰਦੀ ਹੈ ਅੱਜ ਵੀ ਲੋਕ ਧਰਮ ਦੇ ਨਾਮ ਤੇ ਇੱਕ ਦੂਜੇ ਨੂੰ ਨਫ਼ਰਤ ਕਰਦੇ ਆ ਬਿਨਾਂ ਕਰ ਰੀਸੈਂਟਲੀ ਮਨੀਪੁਰ ਵਾਲਾ ਕੇਸ ਅਸੀਂ ਦੇਖ ਸਕਦੇ ਹਾਂ ਮਨੀਪੁਰ ਵਾਲਾ ਕੇਸ ਦੇਖੋ ਉੱਥੇ ਧਰਮ ਦੇ ਨਾਮ ਤੇ ਇੱਕ ਪਾਸੇ ਜਦੋਂ ਆਪਾਂ ਗੱਲ ਕਰਦੇ ਹਾਂ 76 ਸਾਲ ਪਹਿਲਾਂ ਧਰਮ ਦੇ ਜਾਤ ਦੇ ਨਸਲ ਦੇ ਨਾਮ ਤੇ ਲੋਕਾਂ ਨੂੰ ਵੜਿਆ ਗਿਆ ਤੇ ਹੁਣ ਵੀ ਨਸਲ ਦੇ ਨਾਮ ਤੇ ਹੀ ਆ ਮਨੀਪੁਰ ਦੇ ਵਿੱਚ ਨਸਲ ਦੇ ਨਾਮ ਤੇ ਕਿਹੜੀ ਦਰਿੰਦਗੀ ਹੋਈ ਆ ਦੋ ਕਮਿਊਨਿਟੀਆਂ ਨੇ ਆਪਸ ਦੇ ਵਿੱਚ ਇਹੋ ਜੀ ਦਰਿੰਦਗੀ ਕੀਤੀ ਐ ਇੱਕ ਦੂਜੇ ਨੂੰ ਵੱਡਾ ਟੁਕੀ ਇਹੋ ਜੀ ਕੀਤੀ ਐ ਔਰਤਾਂ ਨੂੰ ਨਹੀਂ ਛੱਡਿਆ ਔਰਤਾਂ ਦਾ ਬੁਰਾ ਹਾਲ ਕੀਤਾ ਤੇ ਇਹੀ ਐਗਜ਼ੈਕਟ ਇਹੀ ਕੁਛ 76 ਸਾਲ ਪਹਿਲਾਂ ਪੰਜਾਬ 'ਚ ਹੋਇਆ ਬਿਲਕੁਲ 76 ਸਾਲ ਪਹਿਲਾਂ ਪੰਜਾਬ ਦੇ ਵਿੱਚ ਇਹੀ ਕੁਛ ਹੋਇਆ ਤੇ ਉਦੋਂ ਤਾਂ ਉਦੋਂ ਤਾਂ ਇਹ ਕੈਮਰਾਸ ਨਹੀਂ ਸੀਗੇ ਉਦੋਂ ਤਾਂ ਇੰਨੀ ਆ ਰਿਕਾਰਡਿੰਗਸ ਨਹੀਂ ਸੀਗੀਆਂ ਇਹਨਾਂ ਸੋਸ਼ਲ ਮੀਡੀਆ ਨਹੀਂ ਸੀ ਤੇ ਉਸ ਵੇਲੇ ਤੁਸੀਂ ਇਹ ਦੇਖੋ ਕਿ ਕਮਿਊਨੀਕੇਸ਼ਨ ਕਿਹੜੇ ਲੈਵਲ ਦਾ ਹੋਊਗਾ ਅੱਜ ਤਾਂ ਇੱਕ ਮਿੰਟ 'ਚ ਫੋਨ ਕਰਦੇ ਆ ਤੇ ਪਹੁੰਚ ਜਾਂਦੀ ਏ ਖਬਰ ਕਿ ਜੀ ਇੱਥੇ ਕੁਝ ਹੋ ਗਿਆ ਤੇ ਚੱਕ ਲੋ ਹਰ ਹਰ ਕਮਿਊਨਿਟੀ ਇੱਕ ਦੂਜੇ ਨੂੰ ਬਹੁਤ ਛੇਤੀ ਕਮਿਊਨੀਕੇਟ ਕਰ ਦਿੰਦੀ ਏ ਕਿ ਸਾਡੇ ਨਾਲ ਇੱਥੇ ਹੋ ਰਿਹਾ ਤੇ ਸਾਡੇ ਨਾਲ ਆ ਕੇ ਖੜੋ ਉਸ ਸਮੇਂ ਤੇ ਕੀ ਹੋਇਆ ਹੋਊਗਾ ਇਮੇਜਿਨ ਕਰਕੇ ਦੇਖੀਏ ਕਿ ਜਦੋਂ ਚਿੱਠੀਆਂ ਵੀ ਮੁਸ਼ਕਲ ਨਾਲ ਪਹੁੰਚਦੀਆਂ ਸੀ ਉਸ ਸਮੇਂ ਤੇ ਲੋਕਾਂ ਦੇ ਵਿੱਚ ਇਹ ਖਬਰ ਕਿਵੇਂ ਫੈਲੀ ਹੋਊਗੀ ਤੇ ਕਿਵੇਂ ਇੱਕ ਦੂਜੇ ਨੂੰ ਉਹਨਾਂ ਨੇ ਵੱਢਾ ਟੁਕਿਆ ਹੋਊਗਾ ਕਿਵੇਂ ਉਹ ਨਫ਼ਰਤ ਦੇ ਬੀਜ ਬੋਏ ਗਏ ਹੋਣਗੇ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਸ਼ਾਂਤੀ ਹੀ ਹੱਲ ਹੈ। ਹੱਲ ਤਾਂ ਸ਼ਾਂਤੀ ਹੈ। ਹੱਲ ਹਮੇਸ਼ਾ ਸ਼ਾਂਤੀ ਹੁੰਦੀ ਹੈ ਪਰ ਸ਼ਾਂਤੀ ਚਾਹੁੰਦਾ ਕੌਣ ਹੈ? ਗੱਲ ਇਹ ਆ। ਹੱਲ ਤਾਂ ਸ਼ਾਂਤੀ ਚਾਹੁੰਦਾ ਕੌਣ ਹੈ ਤੇ ਸ਼ਾਂਤੀ ਕੌਣ ਨਹੀਂ ਚਾਹੁੰਦਾ? ਕੌਣ ਨਹੀਂ ਚਾਹੁੰਦਾ ਤੇ ਸ਼ਾਂਤੀ ਹੋਣ ਤੇ ਨਾ ਹੋਣ ਤੇ ਫਾਇਦਾ ਕੌਣ ਲੈਂਦਾ? ਰਾਜਨੀਤੀ ਹਮੇਸ਼ਾ ਉਸ ਚੀਜ਼ ਤੋਂ ਫਾਇਦਾ ਲੈਂਦੀ ਹੈ ਜਿਹਦੇ ਵਿੱਚ ਸ਼ਾਂਤੀ ਨਹੀਂ ਹੁੰਦੀ ਜਦੋਂ ਅ ਕਿਸੇ ਵੀ ਸੂਬੇ ਦੇ ਵਿੱਚ ਰਾਜਕਤਾ ਫੈਲਦੀ ਹੈ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਲੜਾਈਆਂ ਹੁੰਦੀਆਂ ਤੇ ਉਦੋਂ ਭਾਵੇਂ ਨਾ ਪਤਾ ਲੱਗੇ ਪਰ ਉਹਦੇ ਤੋਂ 2 ਸਾਲ 5 ਸਾਲ 10 ਸਾਲ ਬਾਅਦ ਪਤਾ ਲੱਗਦਾ ਵੀ ਇਹਦੇ ਪਿੱਛੇ ਰਾਜਨੀਤਿਕ ਮੰਤਵ ਸੀਗੇ ਵੀ ਉਹ ਸ਼ਾਂਤੀ ਜਿਹੜੀ ਫੈਲੀ ਸੀ ਨਾ ਉਹਦੇ ਪਿੱਛੇ ਕੋਈ ਰਾਜਨੀਤਿਕ ਲੀਡਰ ਸੀ ਤੇ ਉਹ ਲੀਡਰਾਂ ਨੇ ਬਣਾਇਆ ਹੋਇਆ ਉਹ ਲੀਡਰਾਂ ਨੇ ਫਲਾਇਆ ਹੋਇਆ ਤੇ ਉਹੀ ਚੀਜ਼ ਹੈ ਗੱਲ ਇਹ ਹੈ ਕਿ ਕਹਿਣਾ ਬਹੁਤ ਸੌਖਾ ਹੈ ਕਿ ਸਾਡੇ ਰਾਜ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸ਼ਾਂਤੀ ਹੋਵੇ ਤਾਂ ਸ਼ਾਂਤੀ ਹੀ ਹੱਲ ਹੈ ਸਾਰੀਆਂ ਚੀਜ਼ਾਂ ਦਾ ਪਰ ਸ਼ਾਂਤੀ ਨੂੰ ਕਾਇਮ ਰੱਖਣਾ ਸ਼ਾਂਤੀ ਨੂੰ ਲਿਆਉਣਾ ਬਹੁਤ ਔਖਾ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਰਤ ਇਹੋ ਜਿਹਾ ਖੂਬਸੂਰਤ ਦੇਸ਼ ਰਿਹਾ ਹਮੇਸ਼ਾ ਤੋਂ ਰਿਹਾ ਜਿੱਥੇ ਬਹੁਤ ਅਲੱਗ-ਅਲੱਗ ਕਮਿਊਨਿਟੀਆਂ ਨੇ ਇਕੱਠੇ ਰਹਿ ਕੇ ਆਪਦੇ ਆਪ ਨੂੰ ਕਲਚਰ ਨੂੰ ਸਾਂਭਿਆ ਹੋਇਆ ਸਾਡਾ ਜਿਹੜਾ ਸਿੰਧ ਦਾ ਕਲਚਰ ਸੀਗਾ ਉਹ ਇਹੀ ਸੀਗਾ ਕਿ ਅਸੀਂ ਸਾਡੇ ਵਿੱਚ ਇੱਕ ਬਹੁਤ ਸਹਿਨਸ਼ੀਲਤਾ ਸੀ ਤੇ ਸਾਡੇ ਵਿੱਚ ਪਿਆਰ ਬਹੁਤ ਸੀ ਕਿ ਅਸੀਂ ਸਭ ਨੂੰ ਅਕਸੈਪਟ ਕਰਦੇ ਸੀ ਚਾਹੇ ਆਰਿਆਨ ਆਏ ਜਾਂ ਚਾਹੇ ਅਫਗਾਨ ਆਏ ਜਾਂ ਚਾਹੇ ਕੋਈ ਵੀ ਹੈ ਧਾੜਵੀ ਬਣ ਕੇ ਆਏ ਲੋਕ ਇੱਥੇ ਲੋਕਾਂ ਨਾਲ ਮੁਹੱਬਤ ਵਿੱਚ ਰਚ ਗਏ ਜਿਹੜੇ ਧਾੜਵੀ ਬਣ ਕੇ ਆਏ ਸੀ ਨਾ ਉਹ ਇੱਥੋਂ ਦੇ ਲੋਕਾਂ ਦੇ ਪਿਆਰ ਤੋਂ ਇੰਨੇ ਇੰਪ੍ਰੈਸ ਹੋਏ ਕਿ ਯਾਰ ਅਸੀਂ ਛੱਡੋ ਉਹ ਗੱਲਾਂ ਲੜਾਈਆਂ ਨਹੀਂ ਲੜਨੀਆਂ ਅਸੀਂ ਇੱਥੇ ਪਿਆਰ ਨਾਲ ਰਹਿਣਾ ਉਹ ਲੋਕ ਇੱਥੋਂ ਦੇ ਹੋ ਕੇ ਰਹਿ ਗਏ ਜਿਹੜੇ ਧਾੜਵੀ ਆਏ ਸੀ ਜਰ ਅਟੈਕਰ ਬਣ ਕੇ ਆਏ ਸੀ ਉਹ ਵੀ ਐ ਰਹਿ ਕੇ ਤੇ ਇਹ ਇਸ ਮਿੱਟੀ ਦਾ ਇਸ ਹਵਾ ਪਾਣੀ ਦਾ ਇਹ ਜਾਦੂ ਸੀ ਪਰ ਹੁਣ ਬੀਤੇ ਤੁਸੀਂ ਇਹ ਦੇਖੋ 10ਕ ਦਸ਼ਕਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਿੰਨਾ ਹੀ ਕੁਝ ਬਦਲ ਗਿਆ ਉਹਦੇ ਵਿੱਚ ਬੀਤੀ ਇੱਕ ਸਦੀ ਦੇ ਵਿੱਚ ਇਹ ਮੁਹੱਬਤ ਕਰਨ ਵਾਲੇ ਲੋਕ ਬਿਨਾਂ ਗੱਲ ਤੋਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਆ ਬਿਨਾਂ ਗੱਲ ਤੋਂ ਹੀ ਇੱਕ ਦੂਜੇ ਨੂੰ ਅੱਛਾ ਸੋਸ਼ਲ ਮੀਡੀਆ ਤੇ ਇੱਕ ਅਲੱਗ ਫੌਜ ਬਣਾਈ ਹੋਈ ਆ ਇੱਕ ਫੌਜ ਤਾਂ ਹੁੰਦੀ ਆ ਜਿਹੜੀ ਆ ਜਿਹਦਾ ਮੰਤਵ ਹੁੰਦਾ ਹੈ ਕਿ ਕਿਸੇ ਨੂੰ ਤੁਸੀਂ ਬਚਾਉਣਾ ਆ ਏਜੰਡਾ ਚੱਲ ਏਜੰਡਾ ਹੁੰਦਾ ਹੁਣ ਜਿਹੜਾ ਸੋਸ਼ਲ ਮੀਡੀਆ ਵਾਲਿਆ ਸੋਸ਼ਲ ਮੀਡੀਆ ਤੇ ਜਿਹੜੇ ਨਫਰਤ ਫਲਾਉਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਕੋਈ ਏਜੰਡਾ ਹੈ ਜਿਹੜਾ ਉਹ ਪੂਰਾ ਹੋਊਗਾ ਮਕਸਦ ਉਹ ਵੀ ਖਾਸ ਕਰ ਇਹਨਾਂ ਦਿਨਾਂ ਦੇ ਹਾਂ ਔਰ ਉਹ ਹਾਲਾਂਕਿ ਉਹਨਾਂ ਨੂੰ ਵੀ ਮਿਲਣਾ ਕੁਝ ਨਹੀਂ ਹੈ ਪਰ ਉਹ ਇੱਕ ਨਫਰਤ ਦੇ ਬੀ ਐਨਏ ਬੋਈ ਜਾਂਦੇ ਆ ਬੋਈ ਜਾਂਦੇ ਆ ਤੇ ਹਾਲਾਂਕਿ ਮੁਹੱਬਤ ਕਰਨ ਵਾਲੇ ਲੋਕ ਵੀ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਆ ਇਹ ਨਫ਼ਰਤ ਕਰਕੇ ਕੁਝ ਨਹੀਂ ਮਿਲਣਾ ਉਹ ਲੋਕ ਵੀ ਹੈਗੇ ਆ ਤੇ ਮੈਨੂੰ ਲੱਗਦਾ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਐ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸਣਾ ਜ਼ਰੂਰੀ ਐ ਕਿ ਜਿਹੜੀ ਆਜ਼ਾਦੀ ਐ ਸਾਨੂੰ ਉਹ ਕਿਵੇਂ ਮਿਲੀ ਸੀ ਕਿਹੜੀਆਂ ਕੀਮਤਾਂ ਤੇ ਮਿਲੀ ਸੀ ਤੇ ਸਾਨੂੰ ਆਪਦਾ ਭਾਈਚਾਰਾ ਵਾਰਨਾ ਪਿਆ ਸਾਨੂੰ ਆਪਦੇ ਭਾਈਚਾਰੇ ਦੀ ਕੁਰਬਾਨੀ ਦੇਣੀ ਪਈ ਤੇ ਉਹ ਦਿਨ ਸੀ 15 ਅਗਸਤ 1947 ਜਦੋਂ ਸਾਨੂੰ ਆਜ਼ਾਦੀ ਮਿਲੀ ਸਾਨੂੰ ਆਪਣੀ ਟੈਰਿਟਰੀ ਮਿਲੀ ਕਿ ਅੱਜ ਤੋਂ ਤੁਹਾਡੇ ਸੂਬੇ ਐ ਅੱਜ ਤੋਂ ਤੁਹਾਡਾ ਰਾਜ ਐ ਇਹ ਤੁਹਾਡੇ ਲੋਕ ਐ ਇਹ ਤੁਹਾਡੀ ਸਰਕਾਰ ਐ ਇਹ ਸਾਨੂੰ ਇੱਕ ਨਵਾਂ ਨਵਾਂ ਦੇਸ਼ਕ ਭਾਰਤ ਮਿਲਿਆ ਨਵਾਂ ਦੇਸ਼ਕ ਪਾਕਿਸਤਾਨ ਮਿਲਿਆ ਪਰ ਇਹ ਭਾਰਤ ਪਾਕਿਸਤਾਨ ਦੀ ਜਿਹੜੀ ਕੁਰਬਾਨੀ ਸੀ ਉਹ ਮੈਨੂੰ ਲੱਗਦਾ ਕਦੇ ਭੁਲਾਈ ਨਹੀਂ ਜਾਊਗੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਜੇ ਕਦੇ ਦੇਖੀ ਜਾਊਗੀ ਤਾਂ ਉਹ ਇਸ ਮਿੱਟੀ ਦੇ ਲੋਕਾਂ ਨੇ ਦਿੱਤੀ ਐ ਆਪਣੇ ਦੇਸ਼ ਬਣਾਉਣ ਦੇ ਖਾਤਰ ਬਿਲਕੁਲ ਅਚਮਨ ਜੀ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀਗੀ ਕਿ 76 ਸਾਲ ਬਾਅਦ ਵੀ ਇਹ ਦਰਦ ਜਿਉਂਦਾ ਤੇ ਉਹ ਹੈ ਤੇ ਜਦੋਂ ਵੀ ਵੰਡ ਦੀ ਗੱਲ ਹੁੰਦੀ ਹੈ ਤੇ ਪੁਰਾਣੀ ਸੱਟ ਵਾਂਗੂ ਦਰਦ ਉੱਭਰਦਾ ਹੈ ਖਾਸ ਕਰ ਪੰਜਾਬ ਤੇ ਬੰਗਾਲ ਦੇ ਲੋਕਾਂ ਦੇ ਵਿੱਚ ਸੋ ਉਹਨਾਂ ਲੋਕਾਂ ਲਈ ਕੀ ਹਦਾਇਤ ਹੈ ਕਿ ਇਸ ਨੂੰ ਨਾ ਭੁੱਲਦੇ ਹੋਏ ਵੀ ਉਸ ਚੀਜ਼ ਤੋਂ ਬਾਹਰ ਨਿਕਲ ਸਕੋ ਉਹਦਾ ਹੱਲ ਇਹੀ ਹੈ ਕਿ ਜੀ ਅਸੀਂ ਇੱਕ ਦੂਜੇ ਨੂੰ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਸਾਡੇ ਵੱਡੇ ਵੱਡੇ ਆਏ ਨੇ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਨੂੰ ਅਸੀਂ ਸਿੱਖ ਕੇ ਉਹਨਾਂ ਤੋਂ ਤੇ ਅਸੀਂ ਆਉਣ ਵਾਲਾ ਸਮਾਂ ਜਿਹੜਾ ਉਹ ਵਿਚਾਰ ਸਕਦੇ ਹਾਂ ਜੋ ਬੀਤੇ ਚ ਹੋਇਆ ਉਹ ਤੁਸੀਂ ਪਿੱਛੇ ਜਾ ਕੇ ਬਦਲ ਨਹੀਂ ਸਕਦੇ ਪਰ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੀ ਬੋਏ ਜਾ ਰਹੇ ਆ ਜੋ ਅੱਜ ਕੱਲ ਸਾਡੀਆਂ ਸਟੇਟਾਂ ਦੇ ਵਿੱਚ ਧਰਮ ਦੇ ਨਾਮ ਤੇ ਜਾਤ ਦੇ ਨਾਮ ਤੇ ਥਾਂ ਥਾਂ ਤੇ ਅ ਅੱਗਾਂ ਲੱਗ ਜਾਂਦੀਆਂ ਅੱਜ ਵੀ 76 ਸਾਲ ਬਾਅਦ ਵੀ ਜਦੋਂ ਅਸੀਂ ਇਹਨਾਂ ਮੁੱਦਿਆਂ ਤੇ ਲੜਦੇ ਆ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੀ ਪੀੜ੍ਹੀ ਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਾਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਇਹਦੇ ਵਿੱਚ ਹਮੇਸ਼ਾ ਸਾਨੂੰ ਨੁਕਸਾਨ ਹੀ ਖਟਿਆ ਹੈ ਇਹਦੇ ਵਿੱਚ ਕਦੇ ਸਾਨੂੰ ਕੋਈ ਲਾਭ ਨਹੀਂ ਹੋਇਆ ਕਦੇ ਕੋਈ ਵੀ ਮੁਨਾਫਾ ਨਹੀਂ ਹੋਇਆ ਜੀ ਸੋ ਜੀ ਦੇਖਦੇ ਰਹੋ ਡਾਕ ਆਪਣੇ ਵਿਚਾਰ ਸਾਨੂੰ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਸਤਿ ਸ਼੍ਰੀ ਅਕਾਲ